ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ? ਕਰਦੇ ਹਾਂ ਸ਼ਾਨਦਾਰ ਵਲੌਗ ਦੀ ਸ਼ੁਰੂਆਤ। ਤੋਂ ਅੱਜ ਦਾ ਦਿਨ ਬਹੁਤ ਖਾਸ ਆ ਕਿਉਂਕਿ ਆਪਾਂ ਚੱਲੇ ਹਰਿਮੰਦਰ ਸਾਹਿਬ, ਪੂਰੀ ਫੈਮਿਲੀ ਦੇ ਨਾਲ ਸਾਰੇ ਰੈਡੀ ਆ, ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ। ਹਾਂਜੀ, ਤਿਆਰ ਆ ਵੀ ਸਾਰੇ ਜਾਣੇ? ਲਓ ਜੀ, ਸਾਰੇ ਜਾਣੇ ਹੋ ਗਏ, ਚੱਲੇ ਆ ਰੈਡੀ। ਅਤੇ ਚਾਚਾ ਜੀ ਨਹੀਂ ਤਿਆਰ ਹੋਏ ਕਿਉਂਕਿ ਇਹਨਾਂ ਨੇ ਜਾਣਾ ਵਿਆਹ 'ਤੇ। ਹਾਂ, ਜਿੰਨੇ ਗਏ ਤਿਆਰ ਆ, ਪਾਪਾ ਜੀ ਵੀ ਇੱਧਰੋਂ ਬੈਠੇ ਆ ਸਾਰੇ। ਚੱਲੀਏ ਹੁਣ, ਚਲੋ ਉੱਥੇ ਜਾ ਕੇ ਦਰਸ਼ਨ ਕਰਾਉਣੇ। ਪੂਰਾ ਵਲੌਗ ਦੇਖਿਓ, ਸੋ ਖੂਬ ਕਰਾਂਗੇ ਇੰਜੋਏ ਅਤੇ ਵਾਹਿਗੁਰੂ ਦਾ ਲਵਾਂਗੇ ਆਸ਼ੀਰਵਾਦ ਜੀ। ਡਰਾਈਵਰੀ ਦਾ ਮਹਿਕਮਾ ਜਸਵੀਰ ਸਿੰਘ ਸਾਹਮਣੇ ਹੋਏ ਅਤੇ ਗਾਣਿਆਂ ਨਾਲ ਤਿਆਰੀ ਕਰਦੇ ਹੋਏ ਆ ਜੀ। ਬੱਲੇ ਵੀ ਬੱਲੇ ਸਾਡੇ ਨਾਲ ਬੈਠਾ, ਵਨ ਐਂਡ ਓਨਲੀ ਰਕਵੇ ਵਾਲਾ ਬੱਬਰ ਸ਼ੇਰ। ਕੀ ਨਾਮ ਹੈ ਮੁੰਡਾ ਤੇਰਾ? ਮੋਨੂ ਜੀ, ਨਾਮ ਦੱਸ ਥੋੜ੍ਹਾ ਜਿਹਾ। ਮੋਨੂ ਨੂੰ ਰਕਵੇ ਵਾਲਾ ਬੱਬਰ ਸ਼ੇਰ ਕਿਹਾ। ਓਏ ਗਲਤ ਨਾਲ ਨਹੀਂ ਲੈਣਾ ਮੁੰਡੇ ਦਾ। ਇਹ ਵੀ ਮੁੰਡਾ ਹੈਗਾ ਜੀ, ਕੈਨੇਡਾ ਦੀ ਧਰਤੀ ਲਾਉਂਦੇ ਇਹਨੂੰ। ਨਹੀਂ, ਇਹ ਨਹੀਂ ਤਾਂ ਜਿਹੜਾ ਵੱਡਾ ਭਾਈ ਕੈਨੇਡਾ ਦੀ ਧਰਤੀ ਦੇ ਬਰਾਜਮਾਨ। ਤੇ ਲੁੱਕ ਥੋੜੀ ਜਿਹੀ ਕਮੈਂਟ ਕਰਕੇ ਦੱਸੋ, ਜਿਵੇਂ ਕਰਨ ਔਜਲੇ ਵਾਲੀ ਹੈ ਨਾ, ਕਰਨ ਔਜਲਾ ਸਟਾਈਲ ਲੁੱਕ ਬਣਾਈ ਹੋਈ ਆ। ਬਿਲਕੁਲ ਹੀ ਐਨ ਲੱਗਦਾ ਜਿਵੇਂ ਹਨਾ ਵੀ ਕਰਨ ਔਜਲਾ ਹੀ ਬੈਠਾ ਹੁੰਦਾ ਆਪਣੇ ਨਾਲ। ਤੁਸੀਂ ਕਮੈਂਟ ਕਰਕੇ ਦੱਸਣਾ ਵੀ ਮੁੰਡਾ ਕਿਵੇਂ ਲੱਗ ਰਿਹਾ। ਉਹ ਇੱਕ ਸਾਡੇ ਉਸਤਾਦ ਜੀ ਕਿੱਧਰ ਤੁਰੇ ਫਿਰਦੇ ਆ? ਹਾਂ, ਦੇਖੋ ਮੋਨੂ ਨੇ ਨਵਾਂ ਬਿਜ਼ਨਸ ਸ਼ੁਰੂ ਕਰ ਲਿਆ ਜੀ, ਹਵਾ ਭਰਨ ਵਾਲਾ ਨਾ। ਮੋਨੂ ਕਿੰਨੇ ਕੁ ਪੈਸੇ ਬਣ ਜਾਂਦੇ ਆ ਤੁਹਾਨੂੰ ਓਏ? ਲਓ ਵੀ ਹੁਣ ਭਰ ਲੈਂਦੇ ਆ ਹਵਾ, ਪਹਿਲਾਂ ਔਨ ਤਾਂ ਕਰੋ, ਸ਼ੋਅ ਤਾਂ ਕਰਦਾ ਨੀ ਉਹ, ਹੁਣ ਔਨ ਹੋਈ ਆ। ਲਓ ਵੀ ਪੈਂਤੀ ਕਰ ਲਈ, ਪੈਂਤੀ ਦੇਖੀ ਵੀਰੇ, ਕੱਢਦੇ ਕੱਢਦੇ ਕੱਢਦੇ, ਗਲਤ ਨਾ ਕਰਦੀ ਕਿ ਨਹੀਂ। ਉਧਰ ਪਵਾ ਰਹੇ ਜੀ ਤੇਲ ਗੱਡੀ ਚ, ਹਵਾ ਕਰ ਲਈ ਜੀ ਫੁੱਲ ਗੱਡੀ ਦੇ ਵਿੱਚ, ਤੇਲ ਪਾਣੀ ਕਰ ਲਿਆ ਫੁੱਲ। ਹੁਣ ਆਪਾਂ ਚੱਲਦੇ ਆ ਹਰਿਮੰਦਰ ਸਾਹਿਬ ਵੱਲ ਨੂੰ ਤੇ ਰਾਹ ਦੇ ਵਿੱਚ ਜੋ ਜੋ ਸੀਨ ਹੋਣਗੇ ਤੁਹਾਨੂੰ ਸਾਰੇ ਦਿਖਾਉਂਦੇ ਚੱਲਾਂਗੇ, ਬਾਕੀ ਦਰਸ਼ਨ ਕਰਾਉਣੇ ਆ ਜਾ ਕੇ। ਤੇ ਚਲੋ ਜੀ ਚੱਲਦੇ ਹਾਂ। ਉਹ ਦੇਖੋ ਜੀ ਯੂਵੀ ਬੈਠਾ ਕਰ ਰਿਹਾ ਪੂਰਾ ਇੰਜੋਏ, ਉਹ ਦੇਖ ਨੱਚੀ ਜਾਂਦਾ ਬੇਟਾ। ਉਹ ਦੇਖ ਇੱਧਰ ਜਸਵੀਰ ਵੀ ਐਕਸ਼ਨ ਕਰ ਕਰਕੇ ਦਿਖਾਉਂਦਾ ਉਹਨੂੰ। ਸੋ ਆ ਟਾਈਮ ਨਾਲ ਹੀ ਪਹੁੰਚ ਜਾਂਗੇ ਜਸਵੀਰ ਲੱਗਦਾ ਹਨਾ। ਆਪਾਂ ਤੁਰੇ ਸੀ ਲਗਭਗ 9:30 ਹਨਾ। ਮੋਨੂ ਕਿਵੇਂ ਆ ਲੱਗਿਆ ਪਿਆ ਜੀ ਤੇਰਾ? ਫਿਰ ਤਾਂ ਥੋੜ੍ਹਾ ਟਾਈਮ 11:21 ਹੋ ਗਏ, ਮਤਲਬ ਅੱਧਾ ਪੌਣਾ ਘੰਟਾ ਹੋਰ ਲੱਗੂ ਕਿ ਨਹੀਂ। ਰੋਡ ਵਧੀਆ ਬਣ ਗਿਆ, ਮੇਨ ਗੱਲ ਇਹ ਆ ਯਾਰ, ਰੋਡ ਵਧੀਆ ਬਣਨ ਨਾਲ ਨਾ ਸਫ਼ਰ ਬਹੁਤ ਹੀ ਘੱਟ ਗਿਆ। ਹਾਂ, ਆਹ ਵੀ ਜਦੋਂ ਬਣ ਗਏ ਗੱਲ ਹੋਰ ਵੀ ਓਕੇ ਹੋਏ ਨਹੀਂ ਆ। ਲਓ ਜੀ ਦੇਖੋ ਇੱਥੇ ਏਅਰ ਇੰਡੀਆ ਦਾ ਜਹਾਜ਼ ਰੱਖਿਆ ਹੋਇਆ, ਰੈਸਟੋਰੈਂਟ ਬਣਿਆ, ਕਮਾਲ ਆ ਜੀ, ਜੰਡਿਆਲਾ ਗੁਰੂ ਦੇ ਨੇੜੇ। ਲਓ ਜੀ ਸਾਰੇ ਕਮੈਂਟਾਂ 'ਚ ਵਾਹਿਗੁਰੂ ਲਿਖੋ, ਆਪਾਂ ਪਹੁੰਚ ਚੁੱਕੇ ਹਾਂ ਅੰਮ੍ਰਿਤਸਰ ਅਤੇ ਕਰੋ ਦਰਸ਼ਨ ਜੀ ਗੁਰੂ ਨਗਰੀ ਅੰਮ੍ਰਿਤਸਰ ਦੀ। ਲਓ ਜੀ ਆਪਾਂ ਪਾਰਕਿੰਗ ਹੀ ਪਹੁੰਚ ਗਏ ਹਾਂ, ਗੱਡੀ ਲਾਉਣ ਲੱਗੇ ਹਾਂ, ਰਸ਼ ਕਾਫੀ ਜ਼ਿਆਦਾ ਆ।
ਇੱਧਰ ਵੀ ਬਹੁਤ ਸੋਹਣੀ ਬਣਾ ਦਿੱਤੀ ਬਿਲਡਿੰਗ ਹੈ ਨਾ ਸਾਹਮਣੇ ਵੀ ਦੇਖੋ ਜੀ ਤੁਹਾਨੂੰ ਅੱਜ ਇੱਧਰੋਂ ਲੈ ਕੇ ਜਾਵਾਂਗੇ ਬੜਾ ਵਧੀਆ ਬਣਿਆ ਇੱਧਰ ਦੀ ਪਾਰਕਿੰਗ ਦਾ ਜਿਹੜਾ ਕੰਮ ਕੀਤਾ ਬਹੁਤ ਹੀ ਵਧੀਆ ਕੰਮ ਹੈ ਨਾ ਪਹਿਲਾਂ ਬਹੁਤ ਔਖਾ ਸੀ ਕਿੰਨੇ ਕੁ ਸਾਲ ਹੋ ਗਏ ਨੇ ਪਾਰਕਿੰਗ ਬਣੀ ਤੇਰੇ ਸਾਹਮਣੇ ਠੀਕ ਆ ਵਧੀਆ ਲੱਗਦਾ ਪੁੱਤ ਵਧੀਆ ਲੱਗਦਾ ਬਹੁਤ ਸੋਹਣਾ ਨਾ ਯੂਵੀ ਹੋਰ ਕਿਹੜਾ ਲੈਣਾ ਇਹ ਯੂਵੀ ਨੂੰ ਰੁਮਾਲ ਨੀ ਪਸੰਦ ਆ ਰਿਹਾ ਕੋਈ ਵਾਈਟ ਲੈਣਾ ਬੰਨੋ ਜੀ ਕੰਨ ਬਾਹਰ ਕੱਢ ਦੀ ਯੂਵੀ ਨੇ ਬੰਨ ਲਿਆ ਰੁਮਾਲ ਯੂਵੀ ਦਿਖਾਈ ਰੁਮਾਲ ਬੰਨਾ ਕਿੱਦਾਂ ਲੱਗਦਾ ਮੱਥਾ ਟੇਕ ਲਈਏ ਉਸ ਤੋਂ ਬਾਅਦ ਆਪਾਂ ਚੱਲਾਂਗੇ ਜ਼ਿਲ੍ਹਿਆਂ ਵਾਲੇ ਬਾਗ ਠੀਕ ਆ ਓਏ ਆਪਾਂ ਯੂ ਜ਼ਿਲ੍ਹਿਆਂ ਵਾਲੇ ਬਾਗ ਵੀ ਜਾਵਾਂਗੇ ਠੀਕ ਆ ਜ਼ਿਲ੍ਹਿਆਂ ਵਾਲੇ ਬਾਗ ਆਉਂਦੇ ਹੋਏ ਠੀਕ ਆ ਸਾਹ ਲੈ ਕੇ ਪਹੁੰਚ ਚੁੱਕੇ ਆ ਦੇਖੋ ਕਰੋ ਦਰਸ਼ਨ ਬਾਹਰਲੀ ਸਾਈਡ ਤੋਂ ਬਹੁਤ ਹੀ ਖੂਬਸੂਰਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਮਿੰਟ ਕੋਲੇ ਆ ਜਾ ਨਹੀਂ ਤੂੰ ਪਤਾ ਥੱਲੇ ਨਾ ਜਾਈ ਜ਼ਿਆਦਾ ਨਹੀਂ ਆ ਮਗਰਮੱਛ ਆ ਰਿਹਾ ਨਾ
ਯੂਵੀ ਲਓ ਜੀ ਦੇਖ ਖਾ ਲਈ ਆਪਾਂ ਮੇਰੇ ਬੂਟ ਚੋਰੀ ਕਰ ਲਏ ਪਾਪਾ ਦੇ ਸ਼ੂਜ਼ ਬਣਾ ਦੇ ਮੇਰੇ ਪਾਪਾ ਦੇ ਕਿਹੜੇ ਆ ਆ ਦੇਖ ਹੁਣ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਚੱਲਦੇ ਹਾਂ ਜ਼ਿਲ੍ਹਿਆਂ ਵਾਲੇ ਬਾਗ ਬਹੁਤ ਜ਼ਿਆਦਾ ਸੰਗਤ ਪਹੁੰਚੀ ਸੀ ਦੂਰੋਂ ਦੂਰੋਂ ਯੂਵੀ ਚਲੋ ਜ਼ਿਲ੍ਹਿਆਂ ਵਾਲੇ ਬਾਗ ਚੱਲੀਏ ਇਹ ਗੋਲ ਗੱਪੇ ਦੀ ਭੁੱਖ ਲੱਗੀ ਇਹਨੂੰ ਮੇਰਾ ਖਵਾ ਦੇ ਇਹਨੂੰ ਕੀ ਖਾਣਾ ਇਹਨੇ ਚਲੋ ਆਓ ਜੀ ਜ਼ਿਲ੍ਹਿਆਂ ਵਾਲੇ ਬਾਗ ਪਹੁੰਚ ਚੁੱਕੇ ਹੋ ਯੂਵੀ ਦੇਖ ਇੱਧਰ ਬਹੁਤ ਸੋਹਣਾ ਬਣਾਤਾ ਹੈ ਨਾ ਲਓ ਜੀ ਸ਼ਹੀਦਾਂ ਦੇ ਨਾਮ ਫੋਟੋਜ਼ ਹੈ ਨਾ ਦੇਖੋ ਸ਼ਹੀਦਾਂ ਦੀਆਂ ਲਾ ਦੀਆਂ ਨਾ ਮੂਰਤੀਆਂ ਯੂਵੀ ਬਹੁਤ ਹੀ ਹੈ ਨਾ ਐਕਸਾਈਟਮੈਂਟ ਨਾਲ ਪੁੱਛ ਰਿਹਾ ਸਾਰੇ ਕਮੈਂਟਾਂ 'ਚ ਸਲਾਮ ਸ਼ਹੀਦਾਂ ਨੂੰ ਜ਼ਰੂਰ ਲਿਖੋ ਜੀ ਦੇਖੋ ਜੀ ਆਰਟ ਗੈਲਰੀ ਇਹ ਹੈ ਜੀ ਉਹ ਖੂਹ ਜਿਹਦੇ ਵਿੱਚ ਬਹੁਤ ਸਾਰੇ ਨਿਹੱਥੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰੀਆਂ ਇਹ ਖੂਹ ਦੇ ਵਿੱਚ ਹੀ ਛਾਲਾਂ ਮਾਰਤੀਆਂ ਸੀ ਲੋਕਾਂ ਨੇ ਜਾਨ ਬਚਾਉਣ ਲਈ ਚਾਰੇ ਪਾਸੇ ਤੋਂ ਕਵਰ ਕਰ ਰੱਖਿਆ ਜੀ ਹੁਣ ਤਾਂ ਪਹਿਲਾਂ ਗੋਲ ਗੱਪੇ ਉੱਤੋਂ ਲੱਸੀ ਯੂਵੀ ਪਾਣੀ ਤੂੰ ਪੀਂਦਾ ਨੀ ਗਾ ਖਤਮ ਕਰਤੀ ਮੈਂ ਤਾਂ ਪੀ ਲਈ ਕਿੰਨੇ ਹੋ ਗਏ ਵੀਰੇ ਯੂਵੀ ਹੋਰ ਖਾਣੇ ਕੁਛ ਬਸ ਕਰ ਯੂਵੀ ਲਓ ਜੀ ਲਓ ਜੀ ਹੁਣ ਖਾਣ ਲੱਗੇ ਸ਼ਕਰ ਕੰਦੀ ਸ਼ਕਰ ਕੰਦੀ ਖਾਓ ਬੱਚਿਓ ਮੋਨੂ ਵਧੀਆ ਚੀਜ਼ ਆ ਜੀ ਇਹ ਪੁਰਾਣੀ ਚੀਜ਼ ਆ ਪੰਜਾਬ ਦੀ ਹੈ ਨਾ ਖਾਊਂ ਆਹ ਬੰਦਾ ਆਏਗਾ ਇਹ ਕੁਲਫੀਆਂ ਖਾ ਰਿਹਾ ਦੁੱਲੇ ਖਾਊਂਗਾ ਚਲੋ ਟੇਸਟੀ ਬਹੁਤ ਹੁੰਦੀ ਆ ਯੂਬੀਆਰ ਚਲੇ ਗਏ ਕਿ ਬੈਠੇ ਆ ਪਾ ਦਿਓ ਵਧੀਆ ਬਣਾਉਣੀ ਵੀਰੇ
ਗ੍ਰੀਨ ਸੌਸ ਜੀ ਹੈਨੀ ਗੀ ਅਸੀਂ ਵੀ ਸ਼ਕਰਕੰਜੀ ਜੀ ਖਾਧੀ ਸੈੱਟ ਨਹੀਂ ਉਹਨੇ ਵਾਲਾ ਬਾਹਲੀ ਠੰਡੀ ਜੀ ਸੀ ਉਹਨੇ ਢਾਡੀ ਐ ਕਰਤੇ ਬਿਲਕੁਲ ਹੀ ਹੋ ਰਹੀ ਹੈ ਨਾ ਤੁਰਿਆ ਨਹੀਂ ਜਾਂਦਾ ਕਿਵੇਂ ਮੈਨੂੰ ਠੀਕ ਆ ਨਹੀਂ ਸ਼ਕਰਕੰਜੀ ਨੇ ਸਾਰਾ ਹੀ ਕੰਮ ਆਫ ਸੈੱਟ ਤੇ ਕਰਦਾ ਢਿੱਡ ਵਾਲਾ ਆਹ ਜਗ੍ਹਾ ਦਰਦ ਕਰਨ ਲੱਗਦੀ ਵੀ ਕਮਾਲ ਹੀ ਸੀ